ਦੋਸਤੋ ਕਾਸ ਵਾਲੇ ਦੀ ਖਾਸ ਖਬਰ ਦੇ ਵੱਲ ਤੁਹਾਨੂੰ ਲੈ ਚੱਲਦੇ ਆ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੇ ਖੁਲਾਸੇ ਹੋ ਰਹੇ ਨੇ ਅਮਰਿਤਪਾਲ ਸਿੰਘ ਤੋਂ ਬਾਅਦ ਪੰਜਾਬ ਦੇ ਹਾਲਾਤ ਇਨੇ ਮਾੜੇ ਕਿਉਂ ਹੋ ਗਏ ਨੇ ਹਾਲਾਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਅਮਰਿਤਪਾਲ ਸਿੰਘ ਕਰਕੇ ਪੰਜਾਬ ਦੇ ਹਾਲਾਤ ਵਿਗੜੇ ਨੇ ਪਰ ਅੱਜ ਅਮਰਿਤਪਾਲ ਵੀ ਨਹੀਂ ਰਹੇ ਨੇ ਉਹ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਪਰ ਪੰਜਾਬ ਦੇ ਹਾਲਾਤ ਫੇਰ ਅੱਜ ਉਦਾਂ ਦੇ ਹੀ ਬਣ ਗਏ ਨੇ ਪੰਜਾਬ ਦੇ ਹਾਲਾਤ ਜਿਹੜੇ ਨੇ ਪਹਿਲਾਂ ਨਾਲੋਂ ਵੀ ਵਿਗੜ ਚੁੱਕੇ ਨੇ ਇਸ ਦੇ ਬਾਰੇ ਲੋਕਾਂ ਦਾ ਕੀ ਕਹਿਣਾ ਹੈ ਉਹਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਸੋ ਲਗਾਤਾਰ ਮੀਡੀਆ ਰਿਪੋਰਟਾਂ ਦੇ ਮੁਤਾਬਕ ਪੰਜਾਬ ਦੇ ਅੰਦਰ ਅਮਰਿਤਪਾਲ ਸਿੰਘ ਦੇ ਉੱਤੇ ਕਾਰਵਾਈ ਹੋਣ ਤੋਂ ਬਾਅਦ ਜਿੱਥੇ ਕਿ ਸਰਵੇ ਕੀਤਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸਭ ਤੋਂ ਵੱਧ ਹੋਈਆਂ ਨੇ ਔਰ ਦੂਜੇ ਪਾਸੇ ਨੌਜਵਾਨਾਂ ਦੇ ਨਸ਼ੇ ਦੇ ਜਿਹੜੇ ਲਗਾਤਾਰ ਕਾਰਨਾਮੇ ਨੇ ਉਹ ਵਧਦੇ ਜਾ ਰਹੇ ਨੇ ਆਏ ਦਿਨ ਕੋਈ ਨਾ ਕੋਈ ਨੌਜਵਾਨ ਨਸ਼ੇ ਦੇ ਵਿੱਚ ਤੁੱਟ ਪਿਆ ਮਿਲਦਾ ਏ ਤੇ ਬਿਲਕੁਲ ਪਾਕਿਸਤਾਨ ਤੋਂ ਜਿਸ ਤਰ੍ਹਾਂ ਡਰੋਨ ਆ ਰਹੇ ਨੇ ਨਸ਼ੇ ਦੇ ਪਰਕੇ ਬੀਐਸਐਫ ਦੇ ਜਵਾਨ ਕਈ ਡਰੋਨਾਂ ਨੂੰ ਰੋਕਣ ਦੇ ਵਿੱਚ ਕਾਮਯਾਬੀ ਹੋਏ ਨੇ ਹਾਲਾਂਕਿ ਕੀ ਬਦਲਿਆ ਸਰਕਾਰ ਨੂੰ ਬਹੁਤ ਵੱਡਾ ਸਵਾਲ ਹੈ ਸਭ ਕੁਝ ਤੇ ਪਹਿਲਾਂ ਵਾਂਗ ਹੀ ਚੱਲ ਰਿਹਾ ਏ ਆਖਰਕਾਰ ਅਮਰਿਤਪਾਲ ਸਿੰਘ ਤੇ ਕਾਰਵਾਈ ਕਰਕੇ ਕੀ ਬਦਲਿਆ ਸਭ ਕੁਝ ਤੇ ਪਹਿਲਾਂ ਵਾਂਗ ਹੀ ਹੋ ਰਿਹਾ ਹੈ ਹਾਲਾਂਕਿ ਇਹ ਸਭ ਕੁਝ ਇੱਕ ਭਰਮਾਉਣ ਦੇ ਲਈ ਹੋਇਆ ਸਭ ਕੁਝ ਇੱਕ ਡਰਾਮੇਬਾਜ਼ੀ ਨਾਲ ਹੋਇਆ ਡਰਾਮੇਬਾਜ਼ੀ ਕਰਕੇ ਹੋਇਆ ਬਦਲਿਆ ਤੇ ਕੁਝ ਵੀ ਨਹੀਂ ਸਭ ਕੁਝ ਤੇ ਪਹਿਲਾਂ ਵਾਂਗ ਹੀ ਚੱਲ ਰਿਹਾ ਏ ਹਾਲਾਂਕਿ ਅਮਰਿਤਪਾਲ ਸਿੰਘ ਤੇ ਕਾਰਵਾਈ ਕਰਕੇ ਤੇ ਕੁਝ ਵੀ ਨਹੀਂ ਬਦਲਿਆ ਏ ਸਿੱਧੂ ਮੂਸੇਵਾਲਾ ਦਾ ਕਤਲ ਹੋ ਜਾਂਦਾ ਤੇ ਉਧਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਵੱਡੇ ਵੱਡੇ ਹੋਰ ਕਾਰਨਾਮੇ ਹੋ ਜਾਂਦੇ ਨੇ ਅਮਰਿਤਪਾਲ ਸਿੰਘ ਹੀ ਕਿਉਂ ਅੱਖਾਂ ਦੇ ਵਿੱਚ ਰੜਕੇ ਆ ਚੰਨੀ ਦੇ ਉੱਤੇ 2 ਕਰੋੜ ਦਾ ਇਲਜ਼ਾਮ ਸਾਬਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਦੰਬ ਪ੍ਰੈਸ ਕਾਨਫਰੰਸ ਕਰ ਲਈ ਤੇ ਸਾਰੇ ਸਬੂਤ ਵੀ ਹਲ ਕਰਤੇ ਔਰ ਕਿਤੇ ਨਾ ਕਿਤੇ ਸਵਾਲ ਹੈ ਕਿ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਫੜਨ ਦੇ ਲਈ ਕਿਉਂ ਇੰਨੀ ਦੇਰੀ ਹੋਈ ਹੈ ਕਿਉਂ ਇਹ ਸਾਰਾ ਕੁਝ ਹੋਇਆ ਹਾਲਾਂਕਿ ਇਹ ਸਾਰੀਆਂ ਚੀਜ਼ਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਕੀ ਅਮਰਿਤਪਾਲ ਹੀ ਪੰਜਾਬ ਲਈ ਗਲਤ ਕੰਮ ਕਰ ਰਿਹਾ ਸੀ ਕੀ ਅਮਰਿਤਪਾਲ ਹੀ ਪੰਜਾਬ ਦੇ ਲਈ ਖਤਰਾ ਸੀ ਫਿਰ ਅਮਰਿਤਪਾਲ ਦੇ ਉੱਤੇ ਕਾਰਵਾਈ ਜਿਹੜੀ ਐ ਕਰਨ ਦੇ ਲਈ ਨਹੀਂ ਕਾਲੀ ਕਿਉਂ ਕੀਤੀ ਗਈ ਹੁਣ ਤੱਕ ਅਜੇ ਹਾ ਜੋ ਕੁਝ ਹੋਇਆ ਉਹ ਬਹੁਤ ਮਾੜਾ ਹੋਇਆ ਪਰ ਫਿਰ ਕੀ ਪੰਜਾਬ ਦੇ ਹਾਲਾਤ ਬਦਲ ਗਏ ਨੇ ਸਗੋਂ ਪਹਿਲਾਂ ਨਾਲੋਂ ਬਹੁਤ ਕੁਝ ਜਿਹੜੀਆਂ ਚੀਜ਼ਾਂ ਨੇ ਉਹ ਪਹਿਲਾਂ ਵਾਂਗੂ ਚੱਲ ਰਹੀਆਂ ਨੇ ਬਲਕਿ ਪਹਿਲਾਂ ਨਾਲੋਂ ਵੀ ਹੋਰ ਕਾਰਨਾਮੇ ਵਧ ਗਏ ਨੇ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ ਕਿ ਲਗਾਤਾਰ ਪੰਜਾਬ ਦੇ ਵਿੱਚ ਕਾਰਨਾਮੇ ਵਾਦੇ ਜਾ ਰਹੇ ਨੇ ਕਿਤੇ ਗੁਟਕਾ ਸਹਿਬ ਦੀ ਬੇਅਦਬੀ ਹੁੰਦੀ ਹੈ ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਆਖਰਕਾਰ ਸਰਕਾਰ ਇਹਨਾਂ ਚੀਜ਼ਾਂ ਵੱਲ ਕਿਉਂ ਧਿਆਨ ਨਹੀਂ ਦੇ ਰਹੀ ਹੈ ਅੰਮ੍ਰਿਤਪਾਲ ਤੋਂ ਬਾਅਦ ਪੰਜਾਬ ਦੇ ਹਾਲਾਤਾਂ ਦੇ ਵਿੱਚ ਸੁਧਾਰ ਆਉਣਾ ਚਾਹੀਦਾ ਸੀ ਸਰਕਾਰ ਦੇ ਮੁਤਾਬਕ ਪਰ ਕੋਈ ਸੁਧਾਰ ਨਹੀਂ ਆਇਆ ਇਹ ਜਨਤਾ ਅੱਜ ਸਵਾਲ ਪੁੱਛ ਰਹੀ ਹੈ ਜਨਤਾ ਲਗਾਤਾਰ ਇਹਨਾਂ ਸਵਾਲਾਂ ਦੇ ਉੱਤੇ ਜਿਹੜੀ ਹੈ ਸਰਕਾਰ ਨੂੰ ਘੇਰ ਰਹੀ ਹੈ ਲਗਾਤਾਰ ਇਹ ਸਵਾਲ ਪੁੱਛੇ ਜਾ ਰਹੇ ਨੇ ਸੋ ਲਗਾਤਾਰ ਇਹਨਾਂ ਸਵਾਲਾਂ ਨੂੰ ਪੁੱਛਿਆ ਜਾ ਰਿਹਾ ਹੈ ਜਨਤਾ ਵੱਲੋਂ ਇਹ ਸਵਾਲ ਕੀਤੇ ਜਾ ਰਹੇ ਨੇ ਸੋ ਸਰਕਾਰ ਇਹਨਾਂ ਸਵਾਲਾਂ ਦੇ ਜਵਾਬ ਕਦੋਂ ਦੇਵੇਗੀ ਕਿੱਥੇ ਦੇਵੇਗੀ ਪਰ ਕੋਈ ਵੀ ਜਵਾਬ ਦੇਣ ਦੇ ਲਈ ਤਿਆਰ ਨਹੀਂ ਹੈ ਅਮਰਿਤਪਾਲ ਸਿੰਘ ਆਪਣੇ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਪ੍ਰਸ਼ਾਸਨ ਨੂੰ ਵੀ ਬੇਨਤੀਆਂ ਕੀਤੀਆਂ ਗਈਆਂ ਕਿ ਗੁਰੂ ਗ੍ਰੰਥ ਸਾਹਿਬ ਤੁਹਾਡੇ ਵੀ ਉਹਨੇ ਹੀ ਗੁਰੂ ਨੇ ਜਿਨਨੇ ਕੇ ਸਾਡੇ ਗੁਰੂ ਨੇ ਆਖਰਕਾਰ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਨੂੰ ਲਗਾਤਾਰ ਜਿਸ ਤਰ੍ਹਾਂ ਕੇ ਨਿਹਾਰਵਲ ਜਾਂਦੇ ਹੋਏ ਤੱਕ ਰਹੇ ਹੋ ਤੇ ਲਗਾਤਾਰ ਇਹਨਾਂ ਚੀਜ਼ਾਂ ਤੇ ਗੌਰ ਕੀਤੀ ਜਾਣੀ ਚਾਹੀਦੀ ਹੈ ਤੇ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨਹੀਂ ਹੋਣੀਆਂ ਚਾਹੀਦੀਆਂ ਪ੍ਰਸ਼ਾਸਨ ਕੁਝ ਪੈਲ ਜ਼ਰੂਰ ਕਰੇ ਇਹਨਾਂ ਲੋਕਾਂ ਦੇ ਉੱਤੇ ਗੌਰ ਜ਼ਰੂਰ ਰੱਖੇ ਇਹਨਾਂ ਲੋਕਾਂ ਨੂੰ ਬਣਦੀ ਸਜ਼ਾ ਜਿਹੜੀ ਹੈ ਜ਼ਰੂਰ ਦੇਣੀ ਚਾਹੀਦੀ ਹੈ ਜਿਹੜੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਦੇ ਨੇ ਕੁਦਰ ਦੂਜੇ ਪਾਸੇ ਗੱਲ ਕਰੀਏ ਜੀ ਹੋਰ ਨਾ ਖਾਸ ਖਬਰਾਂ ਦੀ ਕਿ ਜਿੱਥੇ ਕਿ ਪਾਕਿਸਤਾਨ ਵੱਲੋਂ ਨਸ਼ਾ ਤਸਕਰ ਪੂਰੇ ਜ਼ੋਰ ਨਾਲ ਐਕਟਿਵ ਨੇ ਆਏ ਦਿਨ ਉਹਨਾਂ ਵੱਲੋਂ ਸਰਹੱਦ ਪਾਰ ਤੋਂ ਭਾਰਤੀ ਸਰਹੱਦ ਅੰਦਰ ਨਸ਼ਾ ਤੇ ਡਰੋਨ ਭੇਜੇ ਜਾ ਰਹੇ ਨੇ ਜਿਸ ਨੂੰ ਬੀਐਸਐਫ ਅਤੇ ਪੰਜਾਬ ਪੁਲਿਸ ਦੀ ਮੁਸਤੈਦੀ ਦੀ ناکਾਮ ਕਰ ਦਿੰਦੀ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਚੋਂ ਪਾਕਿਸਤਾਨ ਡਰੋਨ ਦੇ ਤਰਨਤਾਰਨ ਤੋਂ 2.5 ਕਿਲੋ ਹੈਰੋਇਨ ਦੀ ਕੀਤੀ ਬਰਾਮਦ ਬਹੁਤ ਵੱਡੀ ਕਾਮਯਾਬੀ ਦੱਸੀ ਜਾ ਰਹੀ ਹੈ ਪਾਕਿਸਤਾਨ ਵੱਲੋਂ ਭੇਜਿਆ ਇੱਕ ਹੋਰ ਡਰੋਨ ਬੀਐਸਐਫ ਦੇ ਜਵਾਨਾਂ ਵੱਲੋਂ ਠੇਰ ਕਰ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਵੱਲੋਂ ਟਵੀਟ ਵੀ ਸਾਂਝਾ ਕੀਤਾ ਗਿਆ ਹੈ ਉਹਨਾਂ ਦੱਸਿਆ ਹੈ ਕਿ 7 ਜੂਨ 2023 ਨੂੰ ਕਰੀਬ 9:10 ਤੇ ਡੁੰਗਾਈ ਵਿੱਚ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਪਿੰਡ ਭੈਣੀ ਰਾਜਪੁਤਾਨਾ ਜ਼ਿਲ੍ਹਾ ਅੰਮ੍ਰਿਤਸਰ ਦੇ ਨੇੜੇ ਸ਼ੱਕੀ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਨਿਰਧਾਰਿਤ ਅਭਿਆਸ ਦੇ ਅਨੁਸਾਰ VSF ਦੇ ਜਵਾਨਾਂ ਨੇ ਡਰੋਨ ਨੂੰ ਰੋਕਣ ਲਈ ਤੁਰੰਤ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਇਸ ਦੌਰਾਨ ਡੁੰਗਾਈ ਨਾਲ ਤਾਇਨਾਤ ਪੁਲਿਸ ਨਾਕਾ ਪਾਰਟੀ VSF ਪਾਰਟੀ ਦੇ ਨਾਲ ਆ ਗਈ ਅਤੇ ਇਲਾਕੇ ਵਿੱਚ ਸਾਂਝੀ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ ਤਲਾਸ਼ੀ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਭੈਣੀ ਰਾਜਪੁਤਾਨਾ ਦੇ ਨਾਲ ਲੱਗਦੇ ਖੇਤਾਂ ਵਿੱਚੋਂ ਟੁੱਟੀ ਹਾਲਤ ਦੇ ਵਿੱਚ ਇੱਕ ਡਰੋਨ ਬਰਾਮਦ ਹੋਇਆ ਬਰਾਮਦ ਕੀਤਾ ਗਿਆ ਡਰੋਨ ਮਾਡਲ ਇੱਕ DJ Y Matrix 300 RTK ਸੀਰੀਜ਼ ਜਿੱਥੇ ਕਿ ਕੁਆਡਕਪਟਰ ਹੈ ਚੌਕਸੀ ਬੀਐਸਐਫ ਜਵਾਨਾਂ ਦੇ ਅੰਮ੍ਰਿਤਸਰ ਸੈਕਟਰ ਵਿੱਚ ਇੱਕ ਹੋਰ ਪਾਕਿਸਤਾਨੀ ਡਰੋਨ ਨੂੰ ਦੇਖ ਦਿੱਤਾ ਗਿਆ ਜਿੱਥੇ ਕਿ ਕੁਆਡ ਦਾ ਕੁਆਡਕਾਪਟਰ ਹੈ ਤੇ ਲਗਾਤਾਰ ਇਸ ਡਰੋਨ ਦੀ ਜਿਹੜੀ ਐ ਸਮੀਖਿਆ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਹਰਵਾਇਨ ਬਰਾਮਦ ਕੀਤੀ ਗਈ ਹੈ ਇੱਕ ਹੋਰ ਘਟਨਾ ਦੇ ਵਿੱਚ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਜਲਾ ਤਰਨਤਾਰਨ ਦੇ ਪਿੰਡ ਵਾਨ ਵਿੱਚ ਪਾਕਿਸਤਾਨ ਤੋਂ ਡਰੋਨ ਕੁਸਪੈਟ ਕਰਕੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਸਰਚ ਦੌਰਾਨ ਡਰੋਨ ਅਤੇ ਮੋਟਰਸਾਈਕਲ ਤਸਕਰਾਂ ਵੱਲੋਂ ਪਿੱਛੇ ਛੱਡੀ ਗਈ ਰਾਹੀ ਸੁੱਟੀ ਗਈ 2.5 ਕਿਲੋ ਹੈਰੋਇਨ ਪੀਲੀ ਚਿਪਕਣ ਵਾਲੀ ਟੇਪ ਅਤੇ ਹੁੱਕ ਨਾਲ ਲਪੇਟੀ ਬਰਾਮਦ ਕੀਤੀ ਗਈ ਹੈ ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀਆਂ ਨੇ 5 ਜੂਨ ਨੂੰ ਵੀ ਹੈਰੋਇਨ ਜਿਹੜੀ ਹੈ ਬਰਾਮਦ ਹੋਈ ਸੀ ਜਿਸ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਤਨਖੁਰਦ ਵਿਖੇ ਫੌਜ ਨੇ ਇੱਕ ਪਾਕਿਸਤਾਨੀ ਡਰੋਨ ਜੋ ਕਿ ਨਸ਼ੀਲਾ ਪਦਾਰਥ ਸੁੱਟਣ ਲਈ ਸਰਹੱਦ ਪਾਰ ਕਰਕੇ ਭਾਰਤ ਵਿੱਚ ਭੇਜਿਆ ਗਿਆ ਸੀ ਉਹਨੂੰ ਵੀ ਫਾਇਰਿੰਗ ਕਰਕੇ ਸੁੱਟਿਆ ਗਿਆ ਫੌਜ ਨੇ ਇਸ ਕਾਰਵਾਈ ਤੋਂ ਬਾਅਦ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਵੀ ਚਲਾਈ ਸੀ ਜਿਸ ਮਗਰੋਂ ਫੌਜ ਨੂੰ ਡਰੋਨ ਨਾਲ ਬੰਨਿਆ ਇੱਕ ਪੈਕੇਟ ਮਿਲਿਆ ਜਿਸ ਵਿੱਚ 3 ਕਿਲੋ ਦੇ ਕਰੀਬ ਹੈਰੋਇਨ ਸੀ ਹਾਲਾਂਕਿ ਅਜੇ ਹਾ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਬੀਐਸਐਫ ਦੇ ਜਵਾਨਾਂ ਅਤੇ ਪੰਜਾਬ ਪੁਲਿਸ ਨੇ ਪਾਕਿਸਤਾਨੀ ਡਰੋਨਾਂ ਤੇ ਹਮਲੇ ਸ਼ੁਰੂ ਕਰ ਦਿੱਤੇ ਨੇ ਆਏ ਦਿਨ ਲਗਾਤਾਰ ਇਹ ਸਾਰੀਆਂ ਚੀਜ਼ਾਂ ਚਰਚਾ ਦੇ ਵਿੱਚ ਨੇ ਪਾਕਿਸਤਾਨ ਤੋਂ ਨਸ਼ਾ ਜਿਹੜਾ ਉਹ ਲਗਾਤਾਰ ਆ ਰਿਹਾ ਏ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ